संयुक्त किसान मोर्चे की कॉल दी गई थी कि अज जिहड़ियां सड़कां उन्हां नूं जाम किया जाएगा, उन्होंने बंद किया जाएगा। 3 घंटे की कॉल दी गई थी। रोपड़ दी तस्वीरां तुहानूं इस वक्त दिखा रहे हैं। जिहड़ियां सड़कां है उन्हां नूं खास तौर पर कौमी राजमार्ग जिहड़ा उसनूं मुकम्मल तौर पर बंद कर दिया गया है। किसान जथेबंदियों के नुमाइंदे भी साडे इत्थे मौजूद ने, उन्हां नाल गलबात करदे हां। कि मुद्दों नूं लैके तुसीं इस वक्त इत्थे प्रोटेस्ट कर रहे हैं? लगता है कि जिहड़ी लिफ्टिंग आ सब तो मेन मुद्दा उही आ। बिल्कुल जी, अज चाहे वह पंजाब सरकार की नलायकी होवे जां केंद्र सरकार की जिहड़ी बदनीति आ पंजाब दे खिलाफ, वह सानू सामने देखण च नज़र आ रही है। जिथे पिछले साल का 125 लाख टन झोना साडियां अजे भी गोदामां दे विच पिया होया, वह केंद्र की मोदी सरकार है जिहड़ी उहनूं चुक नहीं रही। तो दूजे पासे पंजाब सरकार की नलायकी है कि पंजाब सरकार ने सीजन तो पहला कोई भी इहोजा उपराला नहीं किया कि वह उन्होंने चुकाने की कोशिश की होवे। तो अज लिफ्टिंग की बहुत वड्डी प्रॉब्लम है, तो सैलर मालकां नूं भी प्रॉब्लम आ रही है, तो उहदे बाद हाइब्रिड बीजा का तो PR 126 का भी रौला पाया जा रहा है। जिथे मुख्यमंत्री ने खुद ये गल कही थी कि PR 126 जी घट पानी लैण वाली फसल है, इहनूं बीजो, पर अज 126 नूं लैण ते भी जी आनाकानी वह की जा रही है। सो ये बहुत वड्डे मुद्दे है, तो किसी भी मंडी के जी खरीद नहीं की जा रही, जिस करके जिहड़े किसान अज सड़कां ते उतरे है, अगर सरकार ने बहुत जल्द इहना इंतजाम ना किया ਤਾਂ ਕੱਲ ਇੱਕ ਵੱਡੀ ਮੀਟਿੰਗ ਜਿਹੜੀ ਹੈ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਬੁਲਾਈ ਗਈ ਹੈ, ਜਿਹਦੇ ਵਿੱਚ ਕਹਿਣ ਤੋਂ ਭਾਵ ਹੈ ਇੱਕ ਸਿੰਬੋਲਿਕ ਪ੍ਰੋਟੈਸਟ ਅੱਜ ਦਾ। ਬਿਲਕੁਲ ਜੀ ਬਿਲਕੁਲ, ਇੱਕ ਸਿੰਬੋਲਿਕ ਹੈ, ਇੱਕ ਉਹਨਾਂ ਨੂੰ ਦੱਸਣ ਵਾਸਤੇ ਹੈ ਕਿ ਅਗਰ ਤੁਸੀਂ ਸੁਚਾਰੂ ਢੰਗ ਨਾਲ ਜਿਹੜੀ ਕਿਸਾਨ ਦੀ ਫਸਲ ਹੈ ਉਹਦੀ ਖਰੀਦ ਨਹੀਂ ਸ਼ੁਰੂ ਕੀਤੀ, ਤਾਂ ਕੱਲ ਨੂੰ ਵੱਡੀ ਮੀਟਿੰਗ ਕਰਕੇ ਪੰਜਾਬ ਦੇ ਵਪਾਰ ਮੰਡਲ ਆੜ੍ਹਤੀ ਤੇ ਸੈਲਰ ਮਾਲਕਾਂ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਹੈ ਜਿਹੜਾ ਉਹ ਸਾਹਮਣੇ ਆਏਗਾ। ਹੋਰ ਕਿਸਾਨ ਵੀ ਇੱਥੇ ਬੈਠੇ ਨੇ, ਗੱਲਬਾਤ ਕਰ ਰਹੇ। ਸੁਰਜੀਤ ਜੀ, ਕਿੱਦਾਂ ਦੇਖਦੇ ਪਏ ਆ ਤੁਸੀਂ ਸਾਰੀ ਚੀਜ਼ ਨੂੰ? ਦੁਬਾਰਾ ਇੱਕ ਵਾਰੀ ਫੇਰ ਜਿਹੜਾ ਕਿਸਾਨੀ ਆ ਉਹਨੂੰ ਲੈ ਕੇ, ਉਹਦੀ ਜਿਹੜੀ ਫਸਲ ਆ ਉਹਨੂੰ ਲੈ ਕੇ ਕਿਸਾਨ ਵੱਲੋਂ ਆਪਣੀ ਜਿਹੜੀ ਫਸਲ ਉਹਨੂੰ ਪੁੱਤਾਂ ਵਾਂਗੂ ਪਾਲਿਆ ਜਾਂਦਾ, ਪਹਿਲਾਂ ਖੇਤਾਂ ਦੇ ਵਿੱਚ ਵੱਢ ਕੇ ਉਹਦੀ ਆਸ ਉਮੀਦ ਹੁੰਦੀ ਹੈ ਕਿ ਮੰਡੀ ਦੇ ਵਿੱਚ ਜਾਏਗਾ ਉਹ, ਤਾਂ ਉਹ ਕੁਛ ਉੱਥੋਂ ਵੱਟ ਕੇ ਲੈ ਕੇ ਆਏਗਾ, ਲੇਕਿਨ ਫਿਲਹਾਲ ਜੋ ਤਸਵੀਰਾਂ ਆ ਕੁਛ ਹੋਰ ਹੀ ਬਿਆਨ ਕਰ ਰਹੀਆਂ ਨੇ। ਇਹ ਪੰਜਾਬ ਦਾ ਕਿਸਾਨ ਹੈ ਜਿਹੜਾ ਫੇਰ ਸੜਕਾਂ ਤੇ ਆ ਗਿਆ, ਮਜਬੂਰੀ ਬਣ ਗਈ ਕਿਸਾਨ ਦੀ ਕਿ ਅੱਜ ਝੋਨਾ ਜਿਹੜਾ 1 ਤਰੀਕ ਤੋਂ ਜਿਹੜੀ ਖਰੀਦ ਸ਼ੁਰੂ ਹੁੰਦੀ ਸੀ ਪਿਛਲੇ ਲੰਬਿਆਂ ਸਮਿਆਂ ਤੋਂ, ਪਰ ਉਹ ਐਸ਼ਕੀ ਸ਼ੁਰੂ ਨਹੀਂ ਹੋਈ। ਕਿਸਾਨਾਂ ਦਾ ਜਿਹੜਾ ਝੋਨਾ ਹੈ ਉਹ ਟਰਾਲੀਆਂ ਦੇ ਵਿੱਚ ਪਿਆ ਜਾ, ਘਰਾਂ 'ਚ ਇੰਨਾ ਰੱਖਿਆ ਨਹੀਂ ਜਾ ਸਕਦਾ ਫਸਲ ਦਾ, ਇਸ ਕਰਕੇ ਅੱਜ ਕਿਸਾਨ ਆ ਜਿਹੜਾ ਸਾਰੇ ਪੰਜਾਬ ਦਾ ਕੁਰਲਾ ਰਿਹਾ ਔਰ ਫਸਲਾਂ ਪਾਲੀਆਂ, ਕਿਸਾਨਾਂ ਨੂੰ ਆਸ ਹੁੰਦੀ ਹੈ ਝੋਨੇ ਦੇ ਨਾਲ ਹੀ ਜਿਹੜੀ ਫਸਲ ਹੈ ਕਣਕ ਦੀ ਜਿਹੜੀ ਸ਼ੁਰੂ ਹੋ ਜਾਣੀ, ਪਰ ਇਸ ਨਾ ਖਰੀਦ ਹੋਣ ਕਰਕੇ ਕਿਸਾਨ ਹੈ ਜਿਹੜਾ ਬਿਲਕੁਲ ਕੰਗਾਲੀ ਦੇ ਕੰਡੇ ਤੇ ਪਹੁੰਚ ਜਾਵੇਗਾ। ਸੋ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਚਿੰਤਾ ਕੀਤੀ ਤੇ ਅੱਜ ਜਿਹੜੀ ਆੜ੍ਹਤੀ ਐਸੋਸੀਏਸ਼ਨਾਂ ਤੇ ਕਿਸਾਨ ਜਥੇਬੰਦੀਆਂ ਸਾਰੀਆਂ ਮਿਲ ਕੇ ਜਿਹੜੇ ਰੋਪੜ 'ਚ ਇੱਥੇ ਚੱਕਾ ਜਾਮ ਕਰ ਰਹੀਆਂ। ਇਹ ਚੱਕਾ ਜਾਮ ਸਮੁੱਚੇ ਪੰਜਾਬ ਦੇ ਵਿੱਚ ਹੋ ਰਿਹਾ, ਤੇ ਜਿੱਦਾਂ ਸਾਥੀ ਨੇ ਦੱਸਿਆ ਕਿ ਕੱਲ ਨੂੰ ਜਿਹੜਾ ਵੱਡਾ ਐਕਸ਼ਨ ਹੈ ਉਹ ਹੋਰ ਜਿਹੜਾ ਐਲਾਨ ਕਰਨਗੇ, ਤੇ ਉਹਦੇ ਮੁਤਾਬਕ ਕਿਸਾਨ ਹੈ ਜਿਹੜੇ ਲਗਾਤਾਰ ਸੜਕਾਂ ਤੇ ਰਹਿਣਗੇ। ਕਿਸਾਨ ਆਪਣੀ ਮੰਗ ਲਈ ਸਿਰਫ ਵੀ ਫਸਲ ਹੈ ਜਿਹੜੀ ਸਾਡੀ, ਜਿਹੜੀ ਪੁੱਤਾਂ ਵਾਂਗ ਪਾਲੀ ਹੈ, ਉਹਨੂੰ ਖਰੀਦਿਆ ਜਾਵੇ, ਉਹਨੂੰ ਅੱਜ ਰੋਲਿਆ ਨਾ ਜਾਵੇ। ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਜਦੋਂ ਉਹ ਇੰਡਸਟਰੀਆਂ ਚਲਾਉਂਦੀ ਹੈ ਤਾਂ ਖੇਤੀ ਨੂੰ ਕਿਉਂ ਨਹੀਂ ਚਲਾਇਆ ਜਾਂਦਾ, ਜਿਹੜਾ ਮਸਲਾ ਅੱਜ ਮੁੱਖ ਤੌਰ ਤੇ ਬਣਿਆ ਹੋਇਆ। ਹੁਣ ਜੀ ਕਿੱਦਾਂ ਦੇਖਦੇ ਆ, ਪਿੱਛੇ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਨੇ, ਲੋਕ ਵੀ ਖੱਜਲ ਹੋ ਰਹੇ ਨੇ, ਸੁਭਾਵਿਕ ਜੀ ਗੱਲ ਆ, ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਆ, ਕਿਸਾਨ ਵੀ ਖੱਜਲ ਹੋਣ ਦੀ ਤੁਸੀਂ ਗੱਲ ਕਹਿ ਰਹੇ ਆ, ਹੱਲ ਕਿੱਦਾਂ ਨਿਕਲੇਗਾ ਸਾਰੇ ਮਾਮਲੇ ਦਾ? ਜਿੱਥੋਂ ਤੱਕ ਲੋਕਾਂ ਦੇ ਖੱਜਲ ਖੁਆਰੀ ਦੀ ਗੱਲ ਹੈ, ਅਸੀਂ ਲੋਕਾਂ ਤੋਂ ਪਹਿਲਾਂ ਵੀ ਮਾਫ਼ੀ ਮੰਗੀ ਹੈ, ਹੁਣ ਵੀ ਇਸ ਗੱਲ ਦੀ ਮਾਫ਼ੀ ਮੰਗੀ ਹੈ, ਕਿਉਂਕਿ ਇਹ ਸਾਡੀ ਮਜਬੂਰੀ ਬਣ ਗਈ। ਹੁਣ ਰੌਲਾ ਪਿਆ ਵਾ ਸਿਰਫ ਸਪੇਸ ਦਾ, ਹੁਣ ਬੰਦ ਕਰਾਇਓ, ਸਪੇਸ ਦਾ ਰੌਲਾ ਆ। ਇਹ ਸਪੇਸ ਜੇ ਬਣਾਉਣੀ ਸੀਗੀ ਸਰਕਾਰਾਂ ਨੇ ਦੋਨਾਂ ਨੇ ਰਲ ਕੇ, ਤੇ ਅੱਜ ਤੇ 2-3 ਮਹੀਨੇ ਪਹਿਲਾਂ ਇਹਦੀ ਕੋਸ਼ਿਸ਼ ਕਰਦੇ ਸਪੇਸ ਬਣਾਉਣ ਦੀ, ਦੋਹਾਂ ਸਰਕਾਰਾਂ ਦੀ ਅਣਗਹਿਲੀ ਹੈ। ਦੂਜੇ ਪਾਸੇ ਜਿਹੜਾ 126 PR ਹੈਗਾ ਨਾ, ਉਹ ਪੰਜਾਬ ਸਰਕਾਰ ਨੇ ਆਪ ਕਹਿ ਕੇ ਬਜਾਇਆ ਕਿ ਪਾਣੀ ਘੱਟ ਲੱਗਦਾ, ਉਹਨੂੰ ਝਾੜ ਸੋਹਣਾ ਨਿਕਲਦਾ ਹੈ, ਪਰ ਹੁਣ ਉਹਦੀ ਵੀ ਸਮੱਸਿਆ ਆਉਂਦੀ ਹੈ ਖਰੀਦ ਦੀ। ਇਸ ਕਰਕੇ ਇਸ ਵਕਤ ਕਿਸਾਨ ਤਾਂ ਦੁਖੀ ਹੈਗੇ ਹੈ, ਆੜ੍ਹਤੀ ਵੀ ਦੁਖੀ ਗਏ, ਸੈਲਰ ਜਿਹੜੇ ਵਾਲੇ ਆ ਸੈਲਰਾਂ ਦੇ ਮਾਲਕ ਉਹ ਵੀ ਦੁਖੀ ਹੈ। ਉਹ ਜਿਹੜੀ ਮੀਟਿੰਗ ਹੋਈ ਹੈ ਪਰਸੋਂ 11 ਤਰੀਕ ਨੂੰ, ਉਹਦੇ ਵਿੱਚ ਬਕਾਇਦਾ ਤੌਰ 'ਤੇ ਇਸ ਗੱਲ ਦਾ ਫੈਸਲਾ ਲਿਆ ਗਿਆ ਕਿ ਸਰਕਾਰ ਜਿਹੜੀ ਹੈਗੀ ਹੈ ਅਣਗਹਿਲੀ ਕਰਦੀ ਹੈ, ਸੁੱਤੀ ਪਈ ਹੈ, ਪੰਜਾਬ ਦੀ ਵੀ ਕੇਂਦਰ ਦੀ ਵੀ, ਉਹਨੂੰ ਜਗਾਉਣ ਵਾਸਤੇ 13 ਤਰੀਕ ਨੂੰ 12 ਵਜੇ ਦੇ ਲਾ ਕੇ 3 ਵਜੇ ਤੱਕ ਸਮੁੱਚੇ ਪੰਜਾਬ ਦੇ ਜਿਹੜੇ ਮੇਨ ਰੋਡ ਹੈ ਉਹਨਾਂ ਨੂੰ ਬੰਦ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਸਰਕਾਰ ਬਕਾਇਦਾ ਤੌਰ 'ਤੇ ਕੋਈ ਹੱਲ ਕੱਢੇ ਇਹਦਾ। ਕਿਉਂਕਿ ਜਿੱਥੇ ਕੇਂਦਰ ਸਰਕਾਰ ਦੀ ਨਲੈਕੀ ਹੈ, ਜਾਣਬੁੱਝਕਾ ਕਰਦੀ ਹੈ, ਸਜ਼ਾ ਦੇਣਾ ਚਾਹੁੰਦੀ ਹੈ ਪੰਜਾਬ ਦੇ ਕਿਸਾਨਾਂ ਨੂੰ, ਉੱਥੇ ਨਾਲ ਜਿਹੜੀ ਆਪਣਾ ਪੰਜਾਬ ਦੀ ਸਰਕਾਰ ਹੈਗੀ ਹੈ ਉਹਦੀ ਵੀ ਜਿਹੜੀ ਹੈ ਬਿਲਕੁਲ ਅਣਗਹਿਲੀ ਹੈਗੀ ਹੈ। ਇੱਦਾਂ ਲੱਗਦਾ ਜਿੱਦਾਂ ਦੋਨੋਂ ਸਰਕਾਰਾਂ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰ ਰਹੀਆਂ ਆ। ਉਹ ਕਿਸਾਨ ਜਿਹਨਾਂ ਨੇ ਇਹਨਾਂ ਦੇ ਹੱਥ 'ਤੇ ਠੂਠਾ ਛਡਾਇਆ ਸੀਗਾ ਔਰ ਪੰਜਾਬ ਜਿਹੜੇ ਹਿੰਦੁਸਤਾਨ ਨੂੰ ਆਤਮ ਨਿਰਭਰ ਕੀਤਾ ਸੀਗਾ, ਅੱਜ ਉਹਨੇ ਇਹਨਾਂ ਦੇ ਭੰਡਾਰ ਭਰਤੇ ਇਹਨਾਂ ਦੇ। ਉਹ ਗੱਲ ਵੱਖਰੀ ਹੈ ਕਿ ਜਿਹਨਾਂ ਸੂਬਿਆਂ ਦੇ ਵਿੱਚ ਪੰਜਾਬ ਤੋਂ ਜਾਂਦਾ ਸੀਗਾ ਝੋਨਾ, ਉਹ ਸੂਬੇ ਆਪ ਵੀ ਤਿਆਰ ਕਰਨ ਲੱਗ ਪਏ, ਝੋਨਾ ਆਪ ਵੀ ਤਿਆਰ ਕਰਨ ਲੱਗ ਪਏ, ਜਿਹਦੇ ਸਿੱਟੇ ਵਜੋਂ ਕੀ ਹੋਇਆ
कि साडा इह झोना जिहड़ा आ साडियां स्टोरां ते पिया आ उहनूं खाली नहीं कर कीता जा रहा। दूजे पासे जिहड़ी है पबलिक वंड प्रणाली जिहड़ी है उहनूं वी सुचारू ढंग नाल नहीं चलाया जा रहा। और इसे तरह के नाल कस्टम ड्यूटी जिहड़ी नहीं ला के जिहड़ी बाहर नूं जाणी सीगी ਸਾਡੇ ਚੌਲ ਜਾਣੇ ਸੀਗੇ ਉਹ ਵੀ ਬੰਦ ਕਰਤੇ। ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਆ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਇਹਦੇ ਵਿੱਚ, ਐਸੈਂਸ਼ੀਅਲ ਸਰਵਿਸ ਨੂੰ ਛੋਟ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਪੁਲਿਸ ਮੁਲਾਜ਼ਮਾਂ ਨੇ ਵੀ ਡਿਊਟੀ ਤੇ ਜਾਣਾ ਹੋਏਗਾ, ਐਂਬੂਲੈਂਸ ਵੀ ਨਿਕਲਦੇ ਹੋਣਗੇ, ਨੈਸ਼ਨਲ ਹਾਈਵੇ ਆ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਹਾਂ, ਐਂਬੂਲੈਂਸ ਨੂੰ ਜਿਹੜੀ ਛੋਟ ਹੈਗੀ ਹੈ ਕਿ ਬਰਾਤ ਜਾਂਦੀ ਹੈ ਉਹਨੂੰ ਛੋਟ ਹੈਗੀ ਹੈ, ਏਅਰਪੋਰਟ ਤੇ ਜਾਣਾ ਹੈ ਜਹਾਜ਼ ਲਈ ਉਹਦੇ ਵਾਸਤੇ ਛੋਟ ਹੈਗੀ ਹੈ। ਇਸੇ ਤਰ੍ਹਾਂ ਦੇ ਨਾਲ ਕੋਈ ਹੋਰ ਐਮਰਜੈਂਸੀ ਮੌਕੇ ਤੇ ਦੇਖ ਕੇ ਉਹਨਾਂ ਨੂੰ ਛੋਟ ਦਿੱਤੀ ਜਾਊਗੀ, ਨਹੀਂ 3 ਘੰਟੇ ਵਾਸਤੇ ਸਮੁੱਚਾ ਜਿਹੜਾ ਟ੍ਰੈਫਿਕ ਜਾਮ ਕੀਤਾ ਜਾਵੇਗਾ। ਕਿਉਂਕਿ ਕਿਸਾਨ ਜਿਹੜੇ ਹੈਗੇ ਆ ਬੜੇ ਦੁਖੀ ਆ, ਪਰੇਸ਼ਾਨ ਹੈ, ਮੰਡੀਆਂ ਦੇ ਵਿੱਚ ਅਵਾਰ ਲੱਗ ਗਏ ਝੋਨੇ ਦੇ, ਔਰ ਜਿਹੜਾ ਆ ਝੋਨਾ ਕਿੱਥੇ ਰੱਖੀਏ ਜੇ ਕੋਈ ਖਲ ਨਾ ਨਿਕਲਿਆ ਕਿਸਾਨਾਂ ਦਾ ਝੋਨਾ ਜਿਹੜਾ ਹੈ ਘਰ ਵੀ ਨਹੀਂ ਰੱਖ ਸਕਦੇ, ਖੇਤਾਂ 'ਚ ਸੜ ਜਾਣਾ, ਬਰਬਾਦ ਹੋ ਜਾਣਾ। ਇਕੱਲੇ ਝੋਨੇ ਦੀ ਗੱਲ ਨਹੀਂ, ਕਿਸਾਨੀ ਦੀ ਗੱਲ ਨਹੀਂ, ਸਮੁੱਚਾ ਪੰਜਾਬ ਦੀ ਆਰਥਿਕਤਾ ਹਿੱਲ ਜਾਣੀ ਹੈ, ਸਮੁੱਚਾ ਪੰਜਾਬ ਦੀ ਆਰਥਿਕਤਾ ਖਰਾਬ ਹੋਣੀ ਹੈ। ਇਹਦੇ ਵਾਸਤੇ ਇਹ ਅੱਜ ਦਾ ਐਕਸ਼ਨ ਬਹੁਤ ਜ਼ਰੂਰੀ ਹੈ, ਔਰ ਉਹਦੇ ਵਾਸਤੇ ਮੈਂ ਫਿਰ ਮਾਫ਼ੀ ਮੰਗਦੇ ਹਾਂ ਅਸੀਂ ਆਮ ਲੋਕਾਂ ਤੇ ਜਿਹੜੇ ਖੱਜਲ ਖੁਆਰ ਹੋ ਰਹੇ ਆ, ਉਹ ਵੀ ਸਾਡਾ ਸਾਥ ਦੇਣ। ਠੀਕ ਹੈ, ਦੁਖੀ ਜ਼ਰੂਰ ਹੁੰਦੇ ਆ, ਪਰ ਜਿੱਥੇ ਤੱਕ ਲੋਕਾਂ ਦੇ ਪੰਜਾਬ ਕਿਸਾਨਾਂ ਦੇ ਮਸਲਿਆਂ ਦੀ ਗੱਲ ਹੈ, ਕਿਸਾਨਾਂ ਦੀ ਸਮੱਸਿਆ ਦੀ ਗੱਲ ਹੈ, ਉਹਨੂੰ ਹੱਲ ਕਰਨ ਦੀ ਗੱਲ ਹੈ, ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਜੇ ਕਿਤੇ ਉਧਰ ਬਹਿ ਜਾਈਏ ਵੱਖ ਜਾ ਕੇ ਤਾਂ ਸਰਕਾਰਾਂ ਬਿਲਕੁਲ ਧਿਆਨ ਨਹੀਂ ਦਿੰਦੀਆਂ। ਹੁਣ ਟ੍ਰੈਫਿਕ ਜਾਮ ਹੋਊਗੀ, ਲੋਕ ਵੀ ਕਹਿਣਗੇ ਤੇ ਲੋਕਾਂ ਜਿਹੜੇ ਆਪਣਾ ਸੁਨੇਹਾ ਵੀ ਭੇਜਣਗੇ, ਪ੍ਰੈਸ 'ਚ ਵੀ ਜਾਣਗੇ, ਮੀਡੀਆ 'ਚ ਵੀ ਜਾਣਗੇ, ਤਾਂ ਕਿ ਸਰਕਾਰ ਨੂੰ ਪਤਾ ਲੱਗੇਗਾ। ਉਹਦੇ ਵਾਸਤੇ ਅਸੀਂ ਜਿਹੜਾ ਹੈ ਲੋਕਾਂ ਨੂੰ ਕਹਿੰਦੇ ਹਾਂ ਵੀ ਸਾਡਾ ਸਹਿਯੋਗ ਦਵੋ, ਔਰ ਸਰਕਾਰ ਤੇ ਦਵਾ ਖੜਾ ਕਰੀਏ, ਦਵਾ ਖੜਾ ਕਰਕੇ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਆ ਉਹਨੂੰ ਚਾਲੂ ਕਰਾਈਏ, ਮੰਡੀਆਂ ਨੂੰ ਵਿਹਲੀਆਂ ਕਰਾਈਏ। ਜੇ ਗੱਲ ਇੱਦਾਂ ਆ ਵੀ ਜੇ ਫਰਜ਼ ਕਰੋ ਸਰਕਾਰ ਕਹਿੰਦੀ ਸਾਡੇ ਕੋਲ ਸਪੇਸ ਨਹੀਂ ਹੈ, ਉਹਦੇ ਵਾਸਤੇ ਸੈਲਰ ਵਾਲਿਆਂ ਨਾਲ ਗੱਲ ਕਰ ਲੈਂਦੇ, ਅਸੀਂ ਕਿਸਾਨ ਕਰ ਲੈਂਦੇ ਹਾਂ, ਸੈਲਰਾਂ ਦੇ ਵਿੱਚ ਯਾਰਡ ਹੈਗੇ ਆ, ਉੱਥੇ ਲਾ ਦਿੰਦੇ ਹਾਂ, ਪਰ ਇੱਕ ਸ਼ਰਤ ਪਰ, ਸਰਕਾਰ ਇਹ ਖਰੀਦੇ, ਸਰਕਾਰ ਇਹ ਉੱਥੇ ਸਟਾਕ ਕਰੇ, ਸਟਾਕ ਖਾ ਰਿਹਾ ਚੌਲ ਕੱਢੇ, ਸਰਕਾਰ ਇਹ ਉਹਦੇ ਚੌਲ ਕੱਢੇ। ਕਿਉਂਕਿ ਜੇ ਅਸੀਂ ਸੈਲਰ ਨੂੰ ਮਜ਼ਬੂਰ, ਸੈਲਰ ਵਾਲਿਆਂ ਨੂੰ ਮਜ਼ਬੂਰ ਕਰਦੇ ਹਾਂ, ਉਹਨਾਂ ਨੂੰ ਘਾਟਾ ਪੈਂਦਾ ਬਹੁਤ, ਕਿਉਂਕਿ ਜਿਹੜੀ PR 26 ਹੈ, ਹੋਰ ਹਾਈਬ੍ਰਿਡ ਫਸਲਾਂ ਹੈਗੀਆਂ ਉਹਦੇ ਵਿੱਚ ਜਦੋਂ ਚੌਲ ਕੱਢਦੇ ਹਾਂ ਉਹਦਾ ਨਾਲ ਘਾਟਾ ਪੈਂਦਾ ਉਹਨੂੰ, ਸਰਕਾਰ ਆਪੇ ਸਭ ਕੁਛ ਕਰੇ। ਸੋ ਇਸ ਤਰ੍ਹਾਂ ਦੇ ਨਾਲ ਇਹ ਸਾਡਾ ਐਕਸ਼ਨ ਜਿਹੜਾ ਹੈ ਸਾਰੇ ਪੰਜਾਬ ਦੇ ਵਿੱਚ, ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ 2 ਥਾਵਾਂ 'ਤੇ ਮੋਰਿੰਡਾ ਅਤੇ ਇੱਥੇ ਰੋਪੜ ਦੇ ਵਿੱਚ ਬਕਾਇਦਾ ਤੌਰ 'ਤੇ ਅਸੀਂ 3 ਘੰਟੇ ਦਾ ਜਾਮ ਲਾਵਾਂਗੇ। ਸੋ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਫਿਲਹਾਲ ਜਿਹੜੇ ਜਾਮ 'ਚ ਫਸੇ ਹੋਏ ਨਾ ਕਿਉਂਕਿ ਉਹਨਾਂ ਦਾ ਪੱਖ ਲੈਣਾ ਵੀ ਜ਼ਰੂਰੀ ਆ। ਫਿਲਹਾਲ ਜਿਹੜਾ ਜਾਮ ਲਗਾਇਆ ਗਿਆ ਹੈ, ਟਰਾਂਸਪੋਰਟ ਦਾ ਕੰਮ ਕਰਦੇ ਹੋ ਤੁਸੀਂ, ਜਾਮ ਲੱਗਿਆ ਹੈ ਕਿੱਦਾਂ ਦੇਖਦੇ ਪਏ ਆ, ਗੇੜਾ ਹੁਣ ਦੂਰ ਤੋਂ ਮਾਰਨਾ ਪਏਗਾ, ਸਾਰੀਆਂ ਚੀਜ਼ਾਂ ਦਾ ਪਤਾ ਸੀਗਾ ਵੀ ਅੱਜ ਬੰਦ ਆ? ਨਹੀਂ ਜੀ, ਸਾਨੂੰ ਨਹੀਂ ਪਤਾ, ਪਤਾ ਨਹੀਂ ਸੀਗਾ, ਅਖਬਾਰਾਂ 'ਚ ਜਿਹੜੀ ਖਬਰਾਂ ਆ ਰਹੀਆਂ ਸੀਗੀਆਂ। ਨਹੀਂ, ਸਾਨੂੰ ਪਤਾ ਨਹੀਂ, ਅਸੀਂ ਪਰਾਲੀ ਭਰਨ ਜਾ ਰਹੇ। ਅੱਛਾ, ਫਿਰ ਹੁਣ ਕਿੱਦਾਂ ਖੱਜਲ ਖਰਾਬ ਹੋ ਰਹੇ ਆ? ਚਲੋ ਖਰਾਬ ਤਾਂ ਚਲੋ ਹੋਏਗਾ ਹੀ ਹੈ ਜੀ, ਇਹ ਵੀ ਕਿਸਾਨਾਂ ਦਾ ਹੈ, ਕਿਸਾਨਾਂ ਵਾਸਤੇ ਰੇਟ ਰੂਟ ਦਾ ਹੋਣਾ ਕੁਛ। ਇਸ ਤਰ੍ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਅੱਜ ਬੰਦ ਦੀ ਕਾਲ ਸੀ ਉਹਦੇ ਸੰਬੰਧ 'ਚ ਅਸੀਂ ਜਿਹੜੇ ਡਿਵਰਜ਼ਨ ਪਲਾਨ ਜਿਹੜਾ ਜਲੰਧਰ ਰੋਪੜ ਰੋਡ ਘਨੌਲੀ ਤੋਂ ਡਿਵਰਸ਼ਨ ਦਿੱਤੀ ਹੈ, ਮੋਰਿੰਡਾ ਲਾਈਟਾਂ ਤੋਂ ਦਿੱਤੀ ਹੈ ਅਤੇ ਖਾਪੜਾ ਟੀ ਪੁਆਇੰਟ ਤੋਂ ਅਸੀਂ ਡਿਵਰਸ਼ਨ ਦੇ ਦਿੱਤੀ ਅਤੇ ਟ੍ਰੈਫਿਕ ਅਸੀਂ ਡਿਵਰਟ ਕਰ ਦਿੱਤੀ ਹੈ। ਇਹ ਤੋਂ ਇਲਾਵਾ ਜਿਹੜੀ ਕਿਸਾਨ ਮੋਰਚੇ ਜਥੇਬੰਦੀਆਂ ਵੱਲੋਂ ਸਾਨੂੰ ਜਿਹੜੇ ਐਮਰਜੈਂਸੀ ਵਹੀਕਲ ਹੈ, ਚਾਹੇ ਉਹ ਕੂਲਿੰਗ ਨਾਲ ਸੰਬੰਧਿਤ ਹੈ ਜਾਂ ਐਂਬੂਲੈਂਸ ਹੈ ਜਾਂ ਕੋਈ ਬਜ਼ੁਰਗ ਜਾਂ ਬੱਚੇ ਬਿਮਾਰ ਹੈ ਉਹਨਾਂ ਲਈ ਇਹ ਸਾਨੂੰ ਸਹਿਯੋਗ ਕਰ ਰਹੇ ਹਾਂ। ਸੋ ਬਾਕੀ ਅਸੀਂ ਇਹਨਾਂ ਦੀ 3 ਘੰਟੇ ਦੀ ਕਾਲ ਹੈ, ਇਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਲਦੀ ਖੁਲਵਾਉਣ ਲਈ ਜਿਹੜਾ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ।